ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਈਟੀਟੀ 5994 ਵੈਕੈਂਸੀਆਂ ਦਾ ਜਿਹੜਾ ਫਾਈਨਲ ਐਗਜ਼ਾਮ ਹੈ ਮਾਰਚ ਦੇ ਵਿੱਚ ਕੰਡਕਟ ਕਰਵਾਇਆ ਗਿਆ ਸੀ ਸੋ ਬਹੁਤ ਲੰਬੇ ਸਮੇਂ ਤੋਂ ਵਿਦਿਆਰਥੀ ਇੰਤਜ਼ਾਰ ਦੇ ਵਿੱਚ ਸਨ ਕਿ ਆਖਿਰਕਾਰ ਜਿਹੜਾ ਫਾਈਨਲ ਰਿਜ਼ਲਟ ਹੈ ਉਹ ਕਦੋਂ ਤੱਕ ਆਊਟ ਕੀਤਾ ਜਾਵੇਗਾ ਸੋ ਫਾਈਨਲੀ ਜਿਹੜਾ ਰਿਜ਼ਲਟ ਹੈ ਉਸ ਨੂੰ ਆਊਟ ਕਰ ਦਿੱਤਾ ਗਿਆ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਜਿਹੜਾ ਆਪਣਾ ਰਿਜ਼ਲਟ ਹੈ ਕਿਦਾਂ ਚੈੱਕ ਕਰਨਾ ਹੈ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹਿਣਾ ਬਾਕੀ ਜਿਹੜੇ ਵੀ ਸਟੂਡੈਂਟਸ ਆਪਣੇ ਇਸ ਸਟਾਨਡਰਡ ਤੇ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਨੈਕਸਟ ਵੀਡੀਓ ਅਪਲੋਡ ਹੁੰਦੀ ਆ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਬਾਕੀ ਕੱਟ-ਆਫ ਦੇ ਰਿਗਾਰਡਿੰਗ ਵਿਆਪਕ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਸੋ ਵੀਡੀਓ ਦੇ ਤੁਸੀਂ ਐਂਡ ਤੱਕ ਬਣੇ ਰਹਿਣਾ ਇੱਥੇ ਮੈਂ ਕ੍ਰੋਮ ਬ੍ਰਾਊਜ਼ਰ ਓਪਨ ਸਰਚ ਕਰਦਾ ਐਜੂਕੇਸ਼ਨ ਰਿਕਰਟਮੈਂਟ ਬੋਰਡ.com ਠੀਕ ਹੈ ਐਦਾਂ ਦੀ ਵੈਬਸਾਈਟ ਜਿਹੜੀ ਆਪਣੇ ਕੋਲ ਹੈਗੀ ਆ ਤਾਂ ਫਸਟੇ ਤੁਸੀਂ ਦੇਖ ਸਕਦੇ ਹੋ ਵੈਬਸਾਈਟ ਓਪਨ ਹੋ ਚੁੱਕੀ ਆ ਹਾਂਜੀ ਤਾਂ ਇੱਥੇ ਤੁਸੀਂ ਫਸਟੇ ਦੇਖ ਸਕਦੇ ਹੋ ETT 9894 ਆਨਸਰ ਕੀਜ਼ ਐਂਡ ਫਾਈਨਲ ਰਿਜ਼ਲਟ ਠੀਕ ਹੈ ਇੱਥੇ ਤੁਸੀਂ ਆਨਸਰ ਕੀ ਵੀ ਜਿਹੜੀ ਆ ਉਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਜੇ ਇੱਥੇ ਫਾਈਨਲ ਆਨਸਰ ਕੀ ਪੇਪਰ 1 ਐਂਡ ਪੇਪਰ 1 ਦਾ ਆ ਜਿਹੜਾ ਰਿਜ਼ਲਟ ਹੈ ਐਂਡ ਪੇਪਰ 2 ਦਾ ਆ ਵਾਲਾ ਰਿਜ਼ਲਟ ਹੈਗਾ ਠੀਕ ਹੈ ਇਹ ਤੁਸੀਂ ਚੈੱਕ ਕਰਕੇ ਦੇਖ ਲੈਣਾ ਪਹਿਲਾਂ ਆਪਾਂ ਪੇਪਰ 1 ਦਾ ਰਿਜ਼ਲਟ ਚੈੱਕ ਕਰਕੇ ਦੇਖ ਲੈਂਦੇ ਆ ਵੈਸੇ ਮੈਂ ਡਾਊਨਲੋਡ ਕੀਤਾ ਦੁਬਾਰਾ ਫਿਰ ਆਪਾਂ ਡਾਊਨਲੋਡ ਕਰ ਲੈਂਦੇ ਆ ਹਾਂਜੀ ਇੱਥੇ ਪੇਪਰ 1 ਦਾ ਜਿਹੜਾ ਰਿਜ਼ਲਟ ਹੈ ਠੀਕ ਹੈ ਇਹ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਨਾਲ ਮਾਰਕਸ ਵੀ ਜਿਹੜੇ ਮੈਂਸ਼ਨ ਕੀਤੇ ਹੋਏ ਨੇ ਆ ਇੱਥੇ ਮੈਂਸ਼ਨ ਕੀਤਾ ਹੋਏ ਜਿਹੜੇ ਵਿਦਿਆਰਥੀ ਐਬਸੈਂਟ ਸੀਗੇ ਠੀਕ ਹੈ ਜਿੱਥੇ ਏ ਮੈਂਸ਼ਨ ਕੀਤੀ ਹੋਈ ਉਹ ਵਿਦਿਆਰਥੀ ਪੀਪਰ ਦੇ ਵਿੱਚ ਐਬਸੈਂਟ ਸੀਗੇ ਜੇਕਰ ਆਪਾਂ ਟੋਟਲ ਦੀ ਗੱਲ ਕਰੀਏ ਤਾਂ ਟੋਟਲ ਕਿੰਨੇ ਵਿਦਿਆਰਥੀ ਪਹੁੰਚੇ ਸੀਗੇ ਪੀਪਰ ਦੇ ਵਿੱਚ ਇਹ ਵੀ ਆਪਾਂ ਚੈੱਕ ਕਰਕੇ ਦੇਖ ਲੈਂਦੇ ਵੈਸੇ ਤੁਹਾਨੂੰ ਪਤਾ ਹੈ ਆਪਾਂ ਵੀਡੀਓ ਕਾਫੀ ਅਪਲੋਡ ਕੀਤੀਆਂ ਸੀਗਾ ਕੱਟ-ਆਫ ਦੇ ਰਿਗਾਰਡਿੰਗ ਤਾਂ ਰਿਜ਼ਲਟ ਨੂੰ ਦੇਖਣ ਤੋਂ ਬਾਅਦ ਹੀ ਜਿਹੜੀ ਅਸਲੀ ਕੱਟ-ਆਫ ਬਣਾਈ ਜਾ ਸਕਦੀ ਹੈ ਤਾਂ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚ ਕਿੰਨੇ ਵਿਦਿਆਰਥੀਆਂ ਨੇ ਜਿਹੜਾ ਆਪਣਾ ਐਗਜ਼ਾਮ ਦਿੱਤਾ ਸੀਗਾ ਇਹ ਵੀ ਆਪਾਂ ਚੈੱਕ ਕਰਕੇ ਦੇਖ ਲੈਂਦੇ ਆਂ ਵੈਸੇ ਕੱਟ-ਆਫ ਦੇ ਰਿਗਾਰਡਿੰਗ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਚੈੱਕ ਕਰਕੇ ਇੱਕ ਵਾਰ ਦੇਖ ਲੈਣਾ ਹੈ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ 22358 ਵਿਦਿਆਰਥੀਆਂ ਨੇ ਜਿਹੜਾ ਫਾਈਨਲ ਐਗਜ਼ਾਮ ਦਿੱਤਾ ਹੈ ਇੱਥੇ ਮਾਰਕਸ ਤੁਹਾਡੇ ਜਿਹੜੇ ਮੈਂਸ਼ਨ ਕੀਤੇ ਹੋਏ ਨੇ ਤਾਂ ਬਹੁਤ ਸਾਰੇ ਵਿਦਿਆਰਥੀ ਪੇਪਰ A ਦੇ ਵਿੱਚੋਂ ਵੀ ਜਿਹੜੇ ਫੇਲ ਹੋਏ ਹੋਣਗੇ ਤਾਂ ਕੱਟ-ਆਫ ਤੇ ਕਾਫੀ ਇਫੈਕਟ ਪਵੇਗਾ ਹਾਂ ਤਾਂ ਇੱਥੇ ਹੁਣ ਆਪਾਂ ਦੇਖ ਲੈਂਦੇ ਹਾਂ ਹਾਂਜੀ ਆ ਮੈਂ ਰਿਜ਼ਲਟ ਕੀਤਾ ਸੀਗਾ ਡਾਊਨਲੋਡ ਪੇਪਰ 2 ਦੇ ਰਿਗਾਰਡਿੰਗ ਇਹਦੇ ਵਿੱਚ ਟੋਟਲ ਜਿਹੜੇ ਤੁਹਾਡੇ ਮਾਰਕਸ ਨੇ ਉਹ ਮੈਂਸ਼ਨ ਕੀਤੇ ਹੋਏ ਨੇ ਇਹ ਤੁਸੀਂ ਇੱਥੇ ਚੈੱਕ ਕਰਕੇ ਦੇਖ ਸਕਦੇ ਜੀ ਠੀਕ ਹੈ ਟੋਟਲ ਮਾਰਕਸ ਜਿਹੜੇ ਤੁਹਾਡੇ ਮੈਂਸ਼ਨ ਕੀਤੇ ਹੋਏ ਨੇ ਯਾਨੀ ਕਿ 200 ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਬੰਦੇ ਨੇ ਇਹ ਚੀਜ਼ ਇੱਥੇ ਮੈਂਸ਼ਨ ਕੀਤੀ ہوئی ਹੈ ਬਾਕੀ ਜੇਕਰ ਤੁਸੀਂ ਤੁਹਾਡੇ ਕੋਲ ਰੋਲ ਨੰਬਰ ਨਹੀਂ ਹੈਗਾ ਤਾਂ ਤੁਸੀਂ ਡਾਇਰੈਕਟ ਆਪਣੀ ਡੇਟ ਆਫ ਬਰਥ ਜਿਹੜੀ ਹੈ ਉਸ ਨੂੰ ਸਰਚ ਕਰਨਾ ਹੈ ਤਾਂ ਤੁਹਾਡੇ ਸਾਹਮਣੇ ਜਿਹੜਾ ਰਿਜ਼ਲਟ ਹੈ ਉਹ ਸ਼ੋ ਹੋ ਜਾਵੇਗਾ ਠੀਕ ਹੈ ਇਹ ਚੀਜ਼ ਤੁਸੀਂ ਖੁਦ ਚੈੱਕ ਕਰਕੇ ਦੇਖ ਲੈਣੀ ਹੈ ਸੋ ਬਹੁਤ ਲੰਬੇ ਸਮੇਂ ਤੋਂ ਵਿਦਿਆਰਥੀ ਉਡੀਕ ਵਿੱਚ ਸਨ ਕਿ ਆਖਿਰਕਾਰ ਜਿਹੜਾ ਰਿਜ਼ਲਟ ਆ ਕੇ ਦੋ ਆਊਟ ਹੋਵੇਗਾ ਸੋ ਫਾਈਨਲੀ ਤੁਸੀਂ ਇੱਥੇ ਦੇਖ ਸਕਦੇ ਹੋ ਰਿਜ਼ਲਟ ਨੂੰ ਵੀ ਜਿਹੜਾ ਆਊਟ ਕਰ ਦਿੱਤਾ ਗਿਆ ਹੈ ਤਾ ਕਟਆਫ ਦੇ ਰਿਗਾਰਡਿੰਗ ਇੱਕ ਆਪਾਂ ਪੋਲ ਕਰਾਉਂਦੇ ਆ ਅੱਜ ਹੀ ਪੋਲ ਕਰਾਉਂਦੇ ਆ ਉਹਦੇ ਵਿੱਚ ਤੁਸੀਂ ਆਪਣੇ ਮਾਰਕਸ ਮੈਂਸ਼ਨ ਕਰਨੇ ਨੇ ਕਿ ਤੁਹਾਡੇ ਟੋਟਲ 200 ਨੰਬਰਾਂ ਦੇ ਵਿੱਚੋਂ ਕਿੰਨੇ ਮਾਰਕਸ ਬਣ ਪਾ ਰਹੇ ਨੇ ਠੀਕ ਹੈ ਵੈਸੇ ਆਪਾਂ ਪੇਪਰ B ਦੇ ਰਿਗਾਰਡਿੰਗੀ ਜਿਹੜਾ ਪੋਲ ਕਰਾਵਾਂਗੇ ਕਿਉਂਕਿ ਹੋ ਸਕਦਾ ਕੋਈ ਵਿਦਿਆਰਥੀ ਪੇਪਰ A ਦੇ ਵਿੱਚੋਂ ਫੇਲ ਹੋਇਆ ਹੋਵੇ ਤਾਂ ਪੇਪਰ B ਦੇ ਆਪਾਂ ਰਿਗਾਰਡਿੰਗ ਪੋਲ ਪਾਵਾਂਗੇ 100 ਨੰਬਰ ਦੇ ਵਿੱਚੋਂ ਤੁਹਾਡੇ ਕਿੰਨੇ ਮਾਰਕਸ ਬਣ ਰਹੇ ਨੇ ਇਹ ਇੱਥੇ ਜੀ ਤੁਸੀਂ ਮੈਂਸ਼ਨ ਕਰਨੀ ਹੋਵੇਗੀ ਤੋਂ ਉਸ ਤੋਂ ਬਾਅਦ ਆਪਾਂ ਇੱਕ ਵੀਡੀਓ ਅਪਲੋਡ ਕਰਾਂਗੇ ਜਿਦੇ ਵਿੱਚ ਤੁਹਾਨੂੰ ਕੱਟ-ਆਫ ਸੰਬੰਧੀ ਪੂਰੀ ਜਾਣਕਾਰੀ ਪ੍ਰੋਵਾਈਡ ਕੀਤੀ ਜਾਵੇਗੀ ਠੀਕ ਹੈ ਇਹ ਸੀਗੀ ਇਨਫੋਰਮੇਸ਼ਨ ਸੋ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹਰੇਕ ਵਿਦਿਆਰਥੀ ਦੇ ਕੋਲ ਵੀਡੀਓ ਪਹੁੰਚ ਸਕੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ